ਇਹ ਸਾਰੀਆਂ ਮਸ਼ੀਨਾਂ ਚਾਈਨਾ ਤੋਂ, ਤਾਈਵਾਨ ਤੋਂ, ਜਾਪਾਨ ਤੋਂ, ਜਰਮਨ ਤੱਕ ਤੋਂ ਆਉਂਦੀਆਂ ਨੇ, ਬਟ ਇੰਡੀਆ 'ਚ ਨਹੀਂ ਬਣਦੀਆਂ। ਕੇਂਦਰ ਸਰਕਾਰ ਨੇ ਕਾਫੀ ਪਰੇਸ਼ਾਨ ਕੀਤਾ, ਇਹਨਾਂ ਦੀਆਂ ਪਾਲਿਸੀਜ਼ ਬੜੀ ਤੇਜ਼ੀ ਨਾਲ ਚੇਂਜ ਹੁੰਦੀਆਂ ਰਹੀਆਂ। ਅਸੀਂ ਇੱਕ ਪਾਲਿਸੀ ਦੇ ਉੱਤੇ ਫਾਈਲ ਸਬਮਿਟ ਕਰਨੀ ਤਾਂ ਪਤਾ ਲੱਗਣਾ ਕਿ ਪਾਲਿਸੀ ਬਦਲ ਗਈ ਹੈ। ਬੜਾ ਵੱਡਾ ਫਾਇਦਾ ਮੈਂ ਸਮਝਦਾ ਸਾਡੇ ਲੁਧਿਆਣੇ ਦੇ ਸੰਤਕਾਰ ਭਰਾਵਾਂ ਨੂੰ ਮਿਲੇਗਾ। ਉਹ ਪਾਰਟਸ ਜਿਹੜੇ ਨਹੀਂ ਹਾਲੇ ਤੱਕ ਇੱਥੇ ਬਣੇ, ਉਹ ਪਾਰਟਸ ਇੱਥੇ ਬਣਨਗੇ। ਕਲੱਸਟਰ ਬਣਾ ਕੇ ਅਸੀਂ ਯਤਨ ਇਹ ਕਰ ਰਹੇ ਹਾਂ ਕਿ ਅਸੀਂ ਜਿਹੜਾ ਵਿਦੇਸ਼ੀ ਸਾਡਾ ਸਰਮਾਇਆ ਉਹ ਬਚਾ ਸਕੀਏ, ਅਸੀਂ ਆਪਣੇ ਯੂਥ ਨੂੰ ਰੁਜ਼ਗਾਰ ਦੇ ਸਕੀਏ। ਕਲੱਸਟਰ ਦੇ ਹੋਂਦ ਵਿੱਚ ਆਉਣ ਦੇ ਨਾਲ ਲੁਧਿਆਣੇ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਹੋਰ ਪਛਾਣ ਮਿਲੇਗੀ। ਲੁਧਿਆਣਾ ਨੂੰ ਸਾਈਕਲ ਇੰਡਸਟਰੀ ਅਤੇ ਹੋਜ਼ਰੀ ਇੰਡਸਟਰੀ ਕਰਕੇ ਜਾਣਿਆ ਜਾਂਦਾ ਸੀ, ਪਰ ਹੁਣ ਲੁਧਿਆਣਾ ਨੂੰ ਸਿਲਾਈ ਇੰਡਸਟਰੀ ਕਰਕੇ ਵੀ ਜਾਣਿਆ ਜਾਏਗਾ। ਤੁਹਾਨੂੰ ਦੱਸ ਦਈਏ ਕਿ 21 ਸਾਲ ਦੀ ਮਿਹਨਤ ਤੋਂ ਬਾਅਦ ਹੁਣ ਲੁਧਿਆਣਾ ਵਿੱਚ ਸਿਲਾਈ ਇੰਡਸਟਰੀ ਦਾ ਜਿਹੜਾ ਕਲੱਸਟਰ ਲੱਗਣ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਲੁਧਿਆਣਾ ਵਿੱਚ ਸਿਲਾਈ ਮਸ਼ੀਨਾਂ ਬਣਦੀਆਂ ਸੀ, ਪਰ ਕਾਲੀ ਸਿਲਾਈ ਮਸ਼ੀਨ ਬਣਦੀ ਸੀ, ਪਰ ਹੁਣ ਜਿਹੜੀ ਆ ਚਿੱਟੀ ਸਿਲਾਈ ਮਸ਼ੀਨ ਬਣਨਗੀ। ਸਾਡੇ ਨਾਲ ਇਸ ਵਕਤ ਜਗਬੀਰ ਸਿੰਘ ਸੋਖੀ ਜੀ ਨੇ, ਜੋ ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਨੇ। ਸਰ, 21 ਸਾਲ ਦੀ ਮਿਹਨਤ ਤੋਂ ਬਾਅਦ ਹੁਣ ਕਲੱਸਟਰ ਲੱਗਣ ਜਾ ਰਿਹਾ ਲੁਧਿਆਣਾ ਵਿੱਚ, ਕਿੰਨਾ ਕੁ ਫਾਇਦਾ ਵੇਖਦੇ ਲੁਧਿਆਣਾ ਵਿੱਚ ਸਰ ਜਿਹੜੇ ਹੈਗੇ ਸਨਅਤ ਕਰ ਰਹੇ ਸੀ? ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਕਲੱਸਟਰ ਦੇ ਹੋਂਦ ਵਿੱਚ ਆਉਣ ਦੇ ਨਾਲ ਲੁਧਿਆਣੇ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਹੋਰ ਪਛਾਣ ਮਿਲੇਗੀ, ਕਿਉਂਕਿ ਜਿਹੜੀਆਂ ਵਾਈਟ ਹਾਈ ਸਪੀਡ ਕਮਰਸ਼ੀਅਲ ਮਸ਼ੀਨਰੀ ਹੈ, ਸੂਈ ਮਸ਼ੀਨ ਹੈ, ਮਲਟੀ ਨੀਡਲ ਮਸ਼ੀਨਸ ਹੈ, ਉਹ ਇੰਡੀਆ 'ਚ ਨਹੀਂ ਬਣਦੀਆਂ ਹੁਣ ਤੱਕ। ਇਹ ਸਾਰੀਆਂ ਮਸ਼ੀਨਾਂ ਚਾਈਨਾ ਤੋਂ, ਤਾਈਵਾਨ ਤੋਂ, ਜਾਪਾਨ ਤੋਂ, ਜਰਮਨ ਤੱਕ ਤੋਂ ਆਉਂਦੀਆਂ ਨੇ, ਬਟ ਇੰਡੀਆ 'ਚ ਨਹੀਂ ਬਣਦੀਆਂ। ਬੜਾ ਲੰਬਾ ਸੰਘਰਸ਼ ਲੜਿਆ, ਕੌੜੇ ਮਿੱਠੇ ਤਜਰਬੇ ਵੀ ਹੈ, ਕਈ ਵਾਰੀ ਅਫਸਰਾਂ ਨਾਲ ਲੜਾਈਆਂ ਵੀ ਹੋਈਆਂ, ਅਤੇ ਕਈ ਵਾਰੀ ਉਹਨਾਂ ਨੇ ਸਾਨੂੰ ਸਿਖਾਇਆ ਵੀ ਆ ਬਹੁਤ ਕੁਛ। ਲੇਕਿਨ ਉਹ ਸਾਰੇ ਸਫ਼ਰ ਤੋਂ ਲੰਘਦਿਆਂ ਹੁਣ ਅਖੀਰ ਦੇ ਵਿੱਚ ਇਹ ਕਲੱਸਟਰ ਪਾਸ ਹੋ ਗਿਆ ਅਤੇ ਇਹਦੀ ਇੱਕ ਹੋਂਦ ਬਣ ਗਈ ਹੈ, ਕਰੀਬ 15 ਕਰੋੜ ਰੁਪਈਆ, ਜਿਹਦੇ ਵਿੱਚੋਂ 80% ਸੈਂਟਰ ਗੌਰਮੈਂਟ ਤੋਂ ਸਾਨੂੰ ਮਿਨਿਸਟਰੀ ਆਫ MSME ਦਊਗੀ, 10% ਸਟੇਟ ਗੌਰਮੈਂਟ ਦਾ ਸ਼ੇਅਰ ਅਤੇ 10% ਸਾਡਾ ਕੰਟਰੀਬਿਊਸ਼ਨ, ਜਿਹਦੇ ਨਾਲ ਇਹ ਕਲੱਸਟਰ ਸਾਡੇ ਕੋਲ 2 ਸਾਲ ਦਾ ਸਮਾਂ ਬਿਲਡਿੰਗ ਬਣਾ ਕੇ ਮਸ਼ੀਨਰੀ ਇੰਸਟਾਲ ਕਰਕੇ ਕੰਮ ਸ਼ੁਰੂ ਕਰਨ ਦਾ ਇਹ ਸ਼ੁਰੂ ਹੋ ਜਾਏਗਾ। ਜਦੋਂ 21 ਸਾਲ ਦਾ ਸਮਾਂ ਲੱਗ ਗਿਆ, ਕੀ ਤੁਹਾਨੂੰ ਦਿੱਕਤਾਂ ਆਈਆਂ ਅਤੇ ਇੰਨਾ ਸਮਾਂ ਕਿਉਂ ਲੱਗ ਗਿਆ? ਜਿਹੜੀਆਂ ਦਿੱਕਤਾਂ ਆਈਆਂ ਉਹਦੇ 'ਚ ਵੱਡਾ ਪ੍ਰੋਬਲਮ ਤਾਂ ਦੇਖੋ ਇਸ ਗੱਲ ਦੀ ਆਉਂਦੀ ਰਹੀ ਕਿ ਆਪਣੇ ਮੈਂਬਰਾਂ ਨੂੰ ਸਮਝਾਉਣਾ ਮਨਾਉਣਾ ਕਿ ਕਲੱਸਟਰ ਦੇ ਕੀ ਫਾਇਦੇ ਆ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਾਫੀ ਪਰੇਸ਼ਾਨ ਕੀਤਾ, ਇਹਨਾਂ ਦੀਆਂ ਪਾਲਿਸੀਜ਼ ਬੜੀ ਤੇਜ਼ੀ ਨਾਲ ਚੇਂਜ ਹੁੰਦੀਆਂ ਰਹੀਆਂ। ਅਸੀਂ ਇੱਕ ਪਾਲਿਸੀ ਦੇ ਉੱਤੇ ਫਾਈਲ ਸਬਮਿਟ ਕਰਨੀ ਤਾਂ ਪਤਾ ਲੱਗਣਾ ਕਿ ਪਾਲਿਸੀ ਬਦਲ ਗਈ ਹੈ। ਫਿਰ ਕੋਈ ਸਟੇਟ ਗੌਰਮੈਂਟ ਦੇ ਵੀ ਮਸਲੇ ਪੈਂਦੇ ਰਹੇ, ਕਈ ਸਾਲ ਅਸੀਂ ਸਟੇਟ ਗੌਰਮੈਂਟ ਦੇ ਮਗਰ ਚੱਕਰ ਕੱਢਦੇ ਰਹੇ ਕਿ ਸਾਨੂੰ ਕੋਈ ਜ਼ਮੀਨ ਮਿਲੇ, ਜ਼ਮੀਨ ਆਖਿਰ ਨਹੀਂ ਮਿਲੀ, ਤਾਂ ਫਿਰ ਅਸੀਂ ਜ਼ਮੀਨ ਆਪਣੇ ਤੌਰ 'ਤੇ ਆਪ ਲਈ। ਪਿਛਲੀ ਅਕਾਲੀ ਸਰਕਾਰ ਦੇ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਰਾਏਕੋਟ ਸਿਲਾਈ ਮਸ਼ੀਨ ਇੰਡਸਟਰੀ ਲਈ ਲੈਂਡ ਦਿੱਤੀ, ਲੇਕਿਨ ਉਹਦੇ 'ਚ ਵੀ ਪ੍ਰੋਬਲਮ ਇੱਥੇ ਆਈ ਕਿ ਜਿਹੜਾ ਆਪਣਾ ਉਹਦੇ ਨਾਲ ਸੰਬੰਧਿਤ ਮਹਿਕਮਾ, ਉਹਨੂੰ ਡਿਵੈਲਪਮੈਂਟ ਕਰਨੀ ਸੀ ਜਿਹਨੇ PSIDC ਨੇ, ਉਹ ਆਪਣੇ ਸਮੇਂ ਦੇ ਉੱਤੇ ਉਹਨੂੰ ਪ੍ਰੋਪਰ ਡਿਵੈਲਪ ਨਹੀਂ ਕਰ ਸਕਿਆ ਅਤੇ ਅਸੀਂ ਆਪਣੇ ਮੈਂਬਰ ਉੱਥੇ ਨਹੀਂ ਲਿਜਾ ਸਕੇ। ਇੱਦਾਂ ਦੀਆਂ ਦਿੱਕਤਾਂ ਸਾਨੂੰ ਆਉਂਦੀਆਂ ਰਹੀਆਂ। ਅਖੀਰ 'ਚ ਵੀ ਜਦੋਂ ਹੁਣ ਐਤਕੀ ਫਾਈਲ ਪਾਸ ਹੋਣੀ ਸੀ, ਫਿਰ ਕੇਂਦਰ ਸਰਕਾਰ ਪਾਲਿਸੀ ਬਦਲਣ ਲੱਗ ਗਈ ਸੀ ਕਿ ਸਟੇਟ ਕੰਟਰੀਬਿਊਸ਼ਨ 10% ਨਹੀਂ 20% ਹੋਣਾ ਚਾਹੀਦਾ, ਪਰ ਚਲੋ ਅਸੀਂ ਕਿਸੇ ਤਰੀਕੇ ਸਾਰੇ ਮਰਹਲੇ ਪਾਰ ਕਰਕੇ ਹੁਣ ਇਸ ਸਟੇਜ 'ਤੇ ਬੈਠੇ ਹਾਂ ਕਿ ਉਹ ਪੁਰਾਣੇ ਸਾਰੀਆਂ ਕੌੜੀਆਂ ਯਾਦਾਂ ਭੁੱਲ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰੀਏ, ਚੰਗੀਆਂ ਗੱਲਾਂ ਕਰੀਏ। ਕਲੱਸਟਰ ਸਾਡਾ ਹੁਣ ਹੋਂਦ 'ਚ ਆ ਚੁੱਕਿਆ, ਔਰ ਇੱਕ ਬੜਾ ਵੱਡਾ ਫਾਇਦਾ ਮੈਂ ਸਮਝਦਾ ਸਾਡੇ ਲੁਧਿਆਣੇ ਦੇ ਸੰਤਕਾਰ ਭਰਾਵਾਂ ਨੂੰ ਮਿਲੇਗਾ। ਉਹ ਪਾਰਟਸ ਜਿਹੜੇ ਨਹੀਂ ਹਾਲੇ ਤੱਕ ਇੱਥੇ ਬਣੇ, ਉਹ ਪਾਰਟਸ ਇੱਥੇ ਬਣਨਗੇ। ਵਾਈਟ ਮਸ਼ੀਨ ਦੀ ਬੋਡੀ ਇੱਥੇ ਬਣੂਗੀ, ਮਸ਼ੀਨਿੰਗ ਇੱਥੇ ਹੋਊਗੀ, ਔਰ ਉਹਦੇ ਨਾਲ ਨਾਲ ਉਹਦੀ ਜਿਹੜੀ ਇੱਕ ਬੜੀ ਵੱਡੀ ਮਾਰਕੀਟ ਜਿਹੜੀ ਸਾਡੀ ਟੈਕਸਟਾਈਲ ਅਤੇ ਗਾਰਮੈਂਟ ਦੀ ਸ਼ਿਫਟ ਹੋ ਕੇ ਬੰਗਲਾਦੇਸ਼ ਜਾ ਚੁੱਕੀ ਹੈ, ਉੱਥੇ ਜਾਊਗੀ। ਕਾਫੀ ਹੱਦ ਤੱਕ ਅਸੀਂ ਜਿਹੜਾ ਇੰਪੋਰਟ ਕਰਦੇ ਹਾਂ, ਸਾਡਾ ਇੰਪੋਰਟ 'ਤੇ ਸਰਮਾਇਆ ਸਾਡੇ ਮੁਲਕ ਦਾ ਬਾਹਰ ਜਾਂਦਾ, ਅਸੀਂ ਉਹਨੂੰ ਕਲਟੇਲ ਕਰ ਸਕਾਂਗੇ। ਸਰ, ਜਿਸ ਤਰ੍ਹਾਂ ਕਿ ਅਸੀਂ ਵੇਖਿਆ ਸੀਗਾ ਪਹਿਲਾਂ ਚਿੱਟੀਆਂ ਜਿਹੜੀ ਕਾਲੀ ਮਸ਼ੀਨ ਸੀ ਬਣਦੀ ਸੀਗੀਆਂ, ਚਿੱਟੀ ਮਸ਼ੀਨਾਂ ਜਿਹੜਾ ਪਾਰਟ ਸੀਗੇ ਚਿੱਟੀ ਮਸ਼ੀਨਾਂ ਉਹ ਇੰਪੋਰਟ ਹੁੰਦੀਆਂ ਸੀਗੀਆਂ ਬਾਹਰੋਂ ਚਾਈਨਾ ਤੋਂ, ਹੁਣ ਇੱਥੇ ਕਲੱਸਟਰ ਲੱਗਣ ਜਾ ਰਿਹਾ, ਮਾਤ ਦੇ ਪਾਵਾਂਗੇ ਆਪਾਂ ਚਾਈਨਾ ਨੂੰ? ਦੇਖੋ, ਚਾਈਨਾ ਨੂੰ ਮਾਤ ਦੇਣ ਲਈ 14-15 ਕਰੋੜ ਦੀ ਰਕਮ ਬੜੀ ਛੋਟੀ ਹੈ। ਮੈਂ ਇਹ ਗੱਲ ਬਾਰ ਬਾਰ ਕਹਿਣਾ, ਮੈਂ ਉਦੋਂ ਦੇ ਡਿਪਟੀ ਕਮਿਸ਼ਨਰ MSME ਮਾਧਵ ਲਾਲ ਜੀ ਨੂੰ ਇਹ ਗੱਲ ਕਹੀ ਸੀ ਕਿ ਚਾਈਨਾ ਨੂੰ ਮੁਕਾਬਲਾ ਕਰਨ ਦੇ ਲਈ ਸਾਡੇ ਕੋਲ ਤਾਂ ਹਲਿਆ 26 ਮਹਿਕਮੇ ਆ ਜਿਨ੍ਹਾਂ ਨਾਲ ਅਸੀਂ ਲੜਦੇ ਹਾਂ, ਕਦੇ ਬਿਜਲੀ ਬੋਰਡ ਨਾਲ, ਕਦੇ GST ਨਾਲ, ਕਦੇ ਪੋਲਿਊਸ਼ਨ ਬੋਰਡ ਨਾਲ, ਹਰੇਕ ਮਹਿਕਮੇ ਨਾਲ ਲੜ ਲੜ ਕੇ
ਤਾਂ ਅਸੀਂ ਆਪਣੇ ਕੰਮ ਕਰਦੇ ਹਾਂ, ਇੰਡਸਟਰੀ ਅਸੀਂ ਚਲਾਉਂਦੇ ਹਾਂ, ਅਸੀਂ ਕੇਵਲ ਲੇਬਰ ਸੰਭਾਲਣੀ ਜਾਂ ਅੱਗੋਂ ਮਾਰਕੀਟ ਕੰਪੀਟ ਕਰਨਾ ਨਹੀਂ, ਸਾਡੇ ਮੂਹਰੇ ਬੜੇ ਵੱਡੇ ਚੈਲੇਂਜਸ ਨੇ। ਡਿਲੇਡ ਪੇਮੈਂਟ ਬੜਾ ਵੱਡਾ ਚੈਲੇਂਜਸ ਆ, ਬੈਂਕਾਂ ਤੋਂ ਸਮੇਂ ਸਿਰ ਫਾਈਨਾਂਸ ਮਿਲ ਜਾਵੇ ਸਮਾਲ ਸਕੇਲ ਸੈਕਟਰ ਨੂੰ, ਬੜੀਆਂ ਮੈਂ ਤੁਹਾਨੂੰ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਇੱਕ ਟ੍ਰੈਡਸ ਬਣਿਆ ਆਪਣਾ ਪੋਰਟਲ ਬਣਾਇਆ MSME ਦੇ ਸਹਿਯੋਗ ਨਾਲ, ਉਹਦੇ 'ਚ ਕੀ ਆ ਕਿ ਤੁਸੀਂ ਜਿਹੜੀ ਤੁਹਾਡੀ ਸਪਲਾਈ ਹੈ, ਤੁਸੀਂ ਬਾਇਰ ਨੂੰ ਆਪਣਾ ਬਿੱਲ ਦੇ ਕੇ ਕਹਿੰਦੇ 72 ਘੰਟੇ 'ਚ ਆਪਣੀ ਪੇਮੈਂਟ ਲੈ ਸਕਦੇ ਹੋ, ਉਹ ਕੋਈ ਫਾਈਨਾਂਸ ਸਿਸਟਮ ਅਗਲਾ ਜਿਹੜਾ ਹੈਗਾ ਬਾਇਰ ਨਾਲ ਹੋਊਗਾ। ਅਤੇ ਮੈਂ ਵੀ ਬੜੀ ਖੁਸ਼ੀ ਖੁਸ਼ੀ ਟ੍ਰੈਡਸ ਦੇ ਉੱਤੇ ਆਪਣੇ ਆਪ ਨੂੰ ਪੋਰਟਲ 'ਤੇ ਰਜਿਸਟਰ ਕਰਵਾ ਲਿਆ। ਰਜਿਸਟਰ ਕਰਾ ਕੇ ਮੈਂ ਟ੍ਰੈਡਸ ਵਾਲਿਆਂ ਨੂੰ ਟੈਲੀਫੋਨ ਕੀਤਾ ਕਿ ਡੀਅਰ ਮੈਂ ਹੁਣ ਪੇਮੈਂਟ ਕਿਸ ਤਰ੍ਹਾਂ ਦੇਣੀ ਆ। ਕਹਿੰਦੇ ਜੀ ਤੁਹਾਡਾ ਜਿਹੜਾ ਬਾਇਰ ਆ ਉਹਦੀ ਮਿਨੀਮਮ ਜਿਹੜੀ ਟਰਨਓਵਰ ਆ 250 ਕਰੋੜ ਹੋਣੀ ਚਾਹੀਦੀ ਆ, ਪਰ ਉਹ ਹੈ MSME। ਇਹਦਾ ਮਤਲਬ ਅਸੀਂ ਤਾਂ ਸਾਰੇ ਬਾਹਰ ਨਿਕਲ ਕੇ ਸਿਲਾਈ ਮਸ਼ੀਨ 'ਤੇ ਕੋਈ ਵੀ ਨਹੀਂ ਬੈਨੀਫਿਟ ਲੈ ਸਕਦੇ, ਸਾਨੂੰ ਤਾਂ ਪੇਮੈਂਟ 45 ਤੋਂ 90 ਦਿਨ 'ਤੇ ਮਿਲੂਗੀ। ਮੈਂ ਤੁਹਾਡੇ ਮਾਧਿਅਮ ਰਾਹੀਂ ਆਵਾਜ਼ ਰੱਖ ਰਿਹਾ ਆਪਣੀ, ਅਤੇ ਮੈਂ ਮੇਲ ਵੀ ਪਾਉਣੀ ਚਾਹੁੰਦਾ ਇਹ, ਕਿਉਂਕਿ ਮੈਨੂੰ ਕੱਲ੍ਹ ਹੀ ਪਤਾ ਲੱਗਿਆ ਸਾਰੇ ਡਿਪਾਰਟਮੈਂਟ ਨਾਲ ਗੱਲ ਕਰੂੰਗਾ ਕਿ ਇਹਨੂੰ 250 ਕਰੋੜ ਵਾਲੀ ਜਿਹੜੀ 250 ਕਰੋੜ 250 ਕਰੋੜ ਦੀ ਲਿਮਿਟ ਹੈ, 250 ਕਰੋੜ ਦੀ ਲਿਮਿਟ ਵਾਲਾ ਤਾਂ ਸਾਡੇ ਸਿਲਾਈ ਮਸ਼ੀਨ ਦਾ ਕੋਈ ਬਾਹਰ ਹੀ ਹੈ ਨਹੀਂ। ਦੈਟ ਮੀਨ ਸਿਲਾਈ ਮਸ਼ੀਨ ਦਾ 'ਚੋਂ ਬਾਹਰ ਹੀ ਨਿਕਲ ਗਿਆ, ਅਤੇ ਮੇਰੇ ਖਿਆਲ ਸਾਈਕਲ ਪਾਰਟ ਵੀ ਬਾਹਰ ਨਿਕਲ ਜੂਗਾ। ਫਿਰ ਇਹ ਸਾਡੇ MSME ਦੇ ਬੈਨੀਫਿਟ ਕੀ ਹੋਇਆ? ਉਹ ਜਿਹੜੀਆਂ ਇਸ ਤਰੀਕੇ ਦੀਆਂ ਪੋਲਿਸੀਜ਼ ਉੱਥੋਂ ਬਣਾ ਕੇ ਆਉਂਦੀਆਂ ਨਾ ਉੱਪਰੋਂ ਦਿੱਲੀਓਂ, ਉਹ ਸਾਡੇ ਕੰਮ ਦੀਆਂ ਨਹੀਂ ਹੁੰਦੀਆਂ। ਇਸ ਕਰਕੇ ਇੰਡਸਟਰੀ ਸਾਡੀ ਨੀਚੇ ਹੀ ਰਹਿ ਜਾਂਦੀ ਹੈ। ਅਸੀਂ ਇੰਡਸਟਰੀ ਨੂੰ ਗਰੋ ਕਰਨਾ ਚਾਹੁੰਦੇ ਹਾਂ, ਲੇਕਿਨ ਸਰਕਾਰੀ ਸਹੂਲਤਾਂ ਵੀ ਸਾਨੂੰ ਮਦਦ ਦੇਣ ਤਾਂ ਅਸੀਂ ਕਰ ਸਕਦੇ ਹਾਂ। ਇਕੱਲਾ ਇੱਕ ਕਲੱਸਟਰ ਬਣਨ ਦੇ ਨਾਲ ਹਾਲੇ ਵੀ ਅਸੀਂ ਉਹਨੂੰ ਕੰਪੀਟ ਨਹੀਂ ਕਰ ਪਾਵਾਂਗੇ, ਇਹ ਮੰਜ਼ਿਲ ਬੜੀ ਦੂਰ ਆ। ਇਸ ਕਰਕੇ ਚਾਈਨਾ ਨੂੰ ਢਾਉਣਾ ਐਵੇਂ ਵਾਹਵਾ ਖੱਟਣ ਲਈ ਅਸੀਂ ਕਹਿ ਦਈਏ ਕਿ ਚਾਈਨਾ ਨੂੰ ਢਾ ਲਾਂਗੇ, ਮੈਂ ਯਥਾਰਥ 'ਤੇ ਗੱਲ ਕਰਦਾ, ਸੱਚਾਈ 'ਤੇ ਗੱਲ ਕਰਦਾ, ਉਹਦੇ ਲਈ ਹਾਲੇ ਸਾਨੂੰ ਹੋਰ ਬਹੁਤ ਵੱਡੀ ਮਦਦ ਦੀ ਲੋੜ ਆ। 26 ਮਹਿਕਮਿਆਂ ਨੂੰ ਹਰੇਕ ਸਰਕਾਰ ਕਹਿ ਦਿੰਦੀ ਆ ਕੇ ਕਿ ਸਿੰਗਲ ਵਿੰਡੋ ਆਹ ਸਾਡੇ ਪੰਜਾਬ ਸਰਕਾਰ ਦਾ ਚੱਲ ਰਿਹਾ ਇਨਵੈਸਟ ਪੰਜਾਬ 'ਚ ਕਿ ਤੁਸੀਂ ਜੀ ਸਿੰਗਲ ਵਿੰਡੋ 'ਤੇ ਅਪਲਾਈ ਕਰਦੇ ਹੋ। ਮੈਂ ਵੀ ਇੱਕ ਨਵਾਂ ਯੂਨਿਟ ਲਾ ਰਿਹਾ, ਮੈਂ ਸਿੰਗਲ ਵਿੰਡੋ 'ਤੇ ਅਪਲਾਈ ਕਰਤਾ। ਕਹਿੰਦੇ ਜੀ CLU ਫੀਸ ਤਾਂ ਤੁਹਾਨੂੰ CLU ਤੁਹਾਨੂੰ ਮਾਫ਼ ਆ, ED ਤੁਹਾਨੂੰ ਜਮ੍ਹਾਂ ਹੀ ਕਰਾਉਣੀ ਪੈਣੀ ਆ। ਗੱਲ ਤਾਂ ਉਹੀ ਹੋਈ, ਜਦ ਤੱਕ ਅਸੀਂ ED ਚਾਰਜ ਦਿੰਦੇ ਨਹੀਂ ਸਾਨੂੰ CLU ਮਿਲਣੀ ਨਹੀਂ, ਜਦ ਤੱਕ CLU ਮਿਲਣੀ ਨਹੀਂ ਅੱਗੇ ਕੰਮ ਚੱਲਣਾ ਨਹੀਂ। ਤੁਹਾਨੂੰ ਜੀ ਬਿਜਲੀ ਬੋਰਡ ਦਾ ਜਿਹੜਾ ਤੁਹਾਨੂੰ ਹੈਗਾ ਡਿਊਟੀ ਅਸੀਂ ਫ੍ਰੀ ਕਰ ਦਿਆਂਗੇ ਇਲੈਕਟ੍ਰੀਸਿਟੀ ਡਿਊਟੀ, ਬਟ ਉਹ ਕਹਿੰਦੇ ਤੁਸੀਂ ਇੱਕ ਵਾਰੀ ਇਲੈਕਟ੍ਰੀਸਿਟੀ ਡਿਊਟੀ ਪੇ ਕਰ ਦਿਓ ਫਿਰ ਸਾਡੇ ਕੋਲ ਆ ਕੇ ਅਪਲਾਈ ਕਰੋ। ਸਾਡੀ ਇਨਵੈਸਟਮੈਂਟ ਤਾਂ ਡੀਅਰ ਹੋ ਹੀ ਗਈ ਨਾ, ਇਸ ਕਰਕੇ ਬੜਾ ਔਖਾ ਆ। ਹਾਲੇ ਉਹ ਘਰ ਬੜੀ ਦੂਰ ਆ, ਚਾਈਨਾ ਤੁਸੀਂ ਜਾਓ, ਤੁਸੀਂ ਯੂ ਜਸਟ ਹੈਵ ਟੂ ਪਲੱਗ ਇਨ, ਤੁਸੀਂ ਜਾ ਕੇ ਮਸ਼ੀਨਰੀ ਲਾਓ, ਬਿਲਡਿੰਗ ਬਣੀ ਆ, ਇਨਫਰਾਸਟ੍ਰਕਚਰ ਮਿਲਿਆ ਆ, ਤੁਸੀਂ ਜਾ ਕੇ ਮਾਰਕੀਟ 'ਚ ਕੰਪੀਟ ਕਰਨਾ ਇਕੱਲਾ, ਇੱਥੇ ਅਸੀਂ ਹਰ ਚੀਜ਼ ਦੇ ਨਾਲ ਹੀ ਕੰਪੀਟ ਕਰਨਾ। ਇਸ ਕਰਕੇ ਬੜਾ ਔਖਾ ਆ। ਕਲੱਸਟਰ ਬਣਾ ਕੇ ਅਸੀਂ ਯਤਨ ਇਹ ਕਰ ਰਹੇ ਹਾਂ ਕਿ ਅਸੀਂ ਜਿਹੜਾ ਵਿਦੇਸ਼ੀ ਸਾਡਾ ਸਰਮਾਇਆ ਉਹ ਬਚਾ ਸਕੀਏ, ਅਸੀਂ ਆਪਣੇ ਯੂਥ ਨੂੰ ਰੁਜ਼ਗਾਰ ਦੇ ਸਕੀਏ। ਕਾਲੀ ਸਿਲਾਈ ਮਸ਼ੀਨ ਦਾ ਸਾਡਾ ਜਿਹੜਾ ਬਾਜ਼ਾਰ ਆ ਦਿਨੋਂ ਦਿਨ ਨੈਰੋ ਹੁੰਦਾ ਜਾਂਦਾ, ਅਸੀਂ ਬ੍ਰੌਡਨ ਮਾਰਕੀਟ 'ਚ ਜਾ ਸਕੀਏ, ਸਾਡੀ ਆਹ ਕੋਸ਼ਿਸ਼। ਕਿਉਂਕਿ ਨਾ ਜਿਸ ਤਰ੍ਹਾਂ ਹੁਣ ਕਲੱਸਟਰ ਲੱਗਣ ਜਾ ਰਿਹਾ ਲੁਧਿਆਣੇ ਕਿਸ ਹਿੱਸੇ ਕਲੱਸਟਰ ਲੱਗੇਗਾ, ਜਿਹੜਾ ਉੱਥੇ ਰੋ ਮਟੀਰੀਅਲ ਬਣੇਗਾ, ਜੋ ਮਸ਼ੀਨਾਂ ਬਣਨਗੀਆਂ ਉਹ ਵਪਾਰੀਆਂ ਸਨਅਤਕਾਰਾਂ ਨੂੰ ਸਸਤੀਆਂ ਉੱਥੇ ਮਿਲਣਗੀਆਂ ਬਾਕੀਆਂ ਦੇ ਮੁਕਾਬਲੇ? ਹਾਂ ਦੇਖੋ, ਕਲੱਸਟਰ ਬਾਰੇ ਮੈਂ ਗੱਲ ਕਲੀਅਰ ਕਹਿ ਦਿਆਂ ਕਿ ਇਟਸ ਆ ਬਿਜ਼ਨਸ, ਬਟ ਇਟਸ ਆ ਚੈਰਿਟੀ ਬਿਜ਼ਨਸ। ਕਲੱਸਟਰ ਦੇ ਵਿੱਚ ਅਸੀਂ ਕਲੱਸਟਰ ਵਾਲਿਆਂ ਨੇ ਕੁਛ ਕਮਾਉਣਾ ਨਹੀਂ, ਸਿਰਫ ਇੱਕ ਸੇਵਾ ਕਰਨੀ ਆ ਇੰਡਸਟਰੀ ਦੀ। ਕਹਿਣ ਸੇ ਮੇਰਾ ਕੋਈ ਬਾਇਰ ਹੈ, ਉਹ ਸਿਲਾਈ ਮਸ਼ੀਨ ਦੀ ਬੋਡੀ ਮੰਗਦਾ, ਜਾਂ ਉਹਦਾ ਕੋਈ ਪਾਰਟ ਮੰਗਦਾ, ਜਾਂ ਉਹਨੇ ਉਹਨੂੰ ਪੇਂਟ ਕਰਾਉਣਾ, ਜਾਂ ਉਹਨੇ ਉਹਨੂੰ ਪਾਊਡਰ ਕੋਟ ਕਰਾਉਣਾ, ਉਹਦੀ ਮਸ਼ੀਨਿੰਗ ਕਰਾਉਣੀ ਆ, ਤਾਂ ਅਸੀਂ ਨੋ ਪ੍ਰੋਫਿਟ ਨੋ ਲੋਸ ਬੇਸ ਦੇ ਉੱਤੇ ਮਹਿੰਗੀਆਂ ਮਸ਼ੀਨਾਂ ਜਿਹੜੀਆਂ ਇੰਡੀਵਿਜੁਅਲੀ ਨਹੀਂ ਖਰੀਦ ਸਕਦੇ, ਉਹ ਅਸੀਂ ਸਰਕਾਰ ਦੀ MSME ਦੀ ਮਦਦ ਨਾਲ ਖਰੀਦ ਕੇ ਉੱਥੇ ਲਾਉਣੀਆਂ ਆ, ਜਾਂ ਅਸੀਂ ਇੱਕ ਬਹੁਤ ਵਧੀਆ ਉੱਥੇ ਕਾਸਟਿੰਗ ਪਲਾਂਟ ਲਾਉਣਾ ਜਿਹ 'ਚ ਕੋਈ ਡਿਫੈਕਟਸ ਨਾ ਆਉਣ, 0 ਡਿਫੈਕਟਸ ਹੋਣ, ਕਿਉਂਕਿ ਉਹਦੇ ਲਈ ਬੜੀ ਮਹਿੰਗੀ ਮਸ਼ੀਨਰੀ ਲਾਉਣੀ ਪੈਂਦੀ ਆ, ਉਹ ਮਸ਼ੀਨਰੀ ਜਿਹੜੀ ਅਸੀਂ ਇੰਡੀਵਿਜੁਅਲੀ ਨਹੀਂ ਲਾ ਸਕਦੇ, ਉਹ ਲਾ ਕੇ ਅਸੀਂ ਇੰਡਸਟਰੀ ਦੀ ਸੇਵਾ ਕਰਨੀ ਆ। ਫਿਰ ਅਗਰ ਸਾਡੇ ਮੈਂਬਰ ਨੂੰ ਕਹਿਣ ਸੇ ਕੋਈ ਇੱਕ ਬੋਡੀ ਬਾਜ਼ਾਰ 'ਚੋਂ 500 ਰੁਪਏ ਦੀ ਮਿਲਦੀ ਆ ਅਤੇ ਸਾਡੇ ਕੋਲ ਅੰਦਰ 450 'ਚੋਂ ਤਿਆਰ ਹੋ ਜਾਂਦੀ ਹੈ, ਤਾਂ ਅਸੀਂ ਉਹਨੂੰ 450 'ਚ ਦੇ ਦੇਣੀ ਆ, ਉੱਥੇ ਪ੍ਰੋਫਿਟ ਨਹੀਂ ਲੈਣਾ। ਇਸ ਤਰੀਕੇ ਨਾਲ ਅਸੀਂ ਇੰਡਸਟਰੀ ਦੀ ਮਦਦ ਕਰਨੀ ਆ। ਧੰਨਵਾਦ ਜੀ। ਬਿਲਕੁਲ ਜੀ, ਇਹ ਸੀਗੇ ਸਾਡੇ ਸੋਖੀ ਸਾਹਿਬ ਜੋ ਕਿ ਸਿਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਸੀਗੇ। ਨਾਲ ਤੁਹਾਨੂੰ ਦੱਸ 21 ਸਾਲ ਬਾਅਦ ਹੁਣ ਲੁਧਿਆਣਾ ਵਿੱਚ ਸਿਲਾਈ ਮਸ਼ੀਨ ਦਾ ਜਿਹੜਾ ਕਲੱਸਟਰ ਲੱਗਣ ਜਾ ਰਿਹਾ ਵਾ। ਪਹਿਲੇ ਜਿਹੜਾ ਵਾ ਸਿਲਾਈ ਮਸ਼ੀਨ ਜਿਹੜੇ ਬੰਦੇ ਸੀ ਲੁਧਿਆਣਾ ਵਿੱਚ ਉਹ ਕਾਲੀਆਂ ਮਸ਼ੀਨ ਬੰਦੇ ਸੀ, ਪਰ ਹੁਣ ਜਿਹੜੀਆਂ ਚਿੱਟੀਆਂ ਮਸ਼ੀਨ ਬਣਨ ਜਾ ਰਹੀਆਂ, ਕਿਉਂਕਿ ਪਹਿਲੇ ਜਿਹੜੀ ਚਿੱਟੀਆਂ ਮਸ਼ੀਨ ਸੀਗੀ ਉਹ ਬਾਹਰੋਂ ਆਰਡਰ ਕਰਨੀਆਂ ਪੈਂਦੀ, ਪਰ ਹੁਣ ਜਿਹੜੀਆਂ ਚਿੱਟੀਆਂ ਮਸ਼ੀਨ ਕਲੱਸਟਰ ਵਿੱਚ ਬਣਨ ਗਈਆਂ, ਜਿਸ ਦਾ ਜਿਹੜਾ ਫਾਇਦਾ ਉਹ ਸਨਅਤਕਾਰ ਲੈ ਪਾਣਗੇ। ਨਾਲ ਦੱਸ ਦਿਓ ਕਿ ਨੌਜਵਾਨ ਨੂੰ ਜਿਹੜਾ ਵਾ ਇਹਦੇ ਨਾਲ ਰੋਜ਼ਗਾਰ ਵੀ ਮਿਲੇਗਾ। ਕੈਮਰਾਮੈਨ ਜੱਗੇ ਨਾਲ ਭਰਤ ਸ਼ਰਮਾ, ਦ ਸਮਰ ਨਿਊਜ਼ ਲੁਧਿਆਣਾ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।